ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਉਣ ਵਾਲੇ ਜੋ ਹਫਤੇ ਦੇ ਪ੍ਰੋਗਰਾਮ ਹਨ ਅੱਜ ਭਾਈ ਸੁਖਦੇਵ ਸਿੰਘ ਬਰਾੜ ਅਤੇ ਭਾਈ ਹਰਦੇਵ ਸਿੰਘ ਬਰਾੜ ਵੱਲੋਂ ਆਪਣੀ ਮਾਤਾ ਹਰਨਾਮ ਕੌਰ ਅਤੇ ਪਿਤਾ ਜਸਮੀਰ ਸਿੰਘ ਦੀ ਯਾਦ ਵਿੱਚ ਸ੍ਰੀ ਸਹਿਜ ਪਾਠ ਆਰੰਭ ਹੋਏ ਜਿਨ੍ਹਾਂ ਦੇ ਭੋਗ 22 ਸਤੰਬਰ ਨੂੰ ਸਵੇਰੇ 8 ਵਜੇ ਪਾਏ ਜਾਣਗੇ ਅੱਜ ਭਾਈ ਪਰਮਜੀਤ ਸਿੰਘ ਵੱਲੋਂ ਪੁੱਤਰ ਗੁਰਿੰਦਰਪਾਲ ਸਿੰਘ ਦੇ ਕਾਰਜਾਂ ਦੀ ਸਫਲਤਾ ਅਤੇ ਦੇ ਸੰਬੰਧ ਵਿੱਚ ਸ੍ਰੀ ਸਹਿਜ ਪਾਠ ਆਰੰਭ ਹੋਏ ਜਿਨ੍ਹਾਂ ਦੇ ਭੋਗ 21 ਸਤੰਬਰ ਨੂੰ ਸਵੇਰੇ 8 ਵਜੇ ਪਾਏ ਜਾਣਗੇ ਅੱਜ ਸੋਨੀਆ ਗੰਗਲਾਨੀ ਵੱਲੋਂ ਪੂਰੇ ਦਿਨ ਲਈ ਦੇਖਦੀ ਸੇਵਾ ਹੋਈ ਅੱਜ ਭਾਈ ਭਲਵਿੰਦਰ ਸਿੰਘ ਜੋਨੀ ਪਰਿਵਾਰ ਵੱਲੋਂ ਤਾਂ ਅੰਦਰ ਰੋਸਤੀ ਅਤੇ ਚੜ੍ਹਦੀ ਕਲਾ ਲਈ ਪੂਰੇ ਦਿਨ ਲਈ ਦੇਖਦੀ ਸੇਵਾ ਹੋਈ ਅੱਜ ਲਲਤਾ ਗੋਪਵਾਧਵਾਨੀ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸ਼ਾਮ 4 ਵਜੇ ਪਾਏ ਜਾਣਗੇ 16 ਸਤੰਬਰ ਦੇ ਦਿਨ ਸੋਵਾਰ ਨੂੰ ਅਸੂ ਮਹੀਨੇ ਦੀ ਸਗਰਾਨ ਦਾ ਪਵਿੱਤਰ ਦਿਹਾੜਾ ਹੈ 16 ਸਤੰਬਰ ਦੇ ਦਿਨ ਸੋਵਾਰ ਨੂੰ ਭਾਈ ਮੱਸਾ ਸਿੰਘ ਬਲੋਸਰੀ ਸਹਿ ਪਾਠ ਸਵੇਰੇ 8 ਵਜੇ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 22 ਸਤੰਬਰ ਨੂੰ ਸਵੇਰੇ 8 ਵਜੇ ਪਾਏ ਜਾਣਗੇ 16 ਸਤੰਬਰ ਦਿਨ ਸੋਵਾਰ ਨੂੰ ਚੋਲੀਆ ਫੂਡਜ਼ ਐਚ ਕੇ ਲਿਮਟਿਡ ਕੰਪਨੀ ਵੱਲੋਂ ਚੜ੍ਹਦੀ ਕਲਾ ਅਤੇ ਕਾਰੋਬਾਰ ਦੇ ਵਾਧੇ ਲਈ ਸ਼੍ਰੀ ਖੰਡ ਪਾਠ ਸਾਹਿਬ ਦੇ ਭੋਗ ਸਵੇਰੇ 8 ਵਜੇ ਪਾਏ ਜਾਣਗੇ 16 ਸਤੰਬਰ ਦਿਨ ਸੋਵਾਰ ਨੂੰ ਬੀਬੀਆਂ ਦੀ ਸੰਗਤ ਵੱਲੋਂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ 450 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਸ੍ਰੀ ਸਾਈ ਪਾਠ ਦੇ ਭੋਗ ਸਵੇਰੇ 8 ਵਜੇ ਪਾਏ ਜਾਣਗੇ ਤੇ ਨਾਲ ਹੀ ਬੀਬੀਆਂ ਦੇ ਸੰਗਤ ਵੱਲੋਂ ਗੁਰੂ ਕੇ ਲੰਗਰ ਦੀ ਸੇਵਾ ਹੋਵੇਗੀ 16 ਸਤੰਬਰ ਦਿਨ ਸੋਮਵਾਰ ਨੂੰ ਰੀਤਿਕਾ ਹਿਮਲਾਨੀ ਪਰਿਵਾਰ ਵੱਲੋਂ ਪੂਰੇ ਦਿਨ ਲਈ ਦੇਗਦੀ ਸੇਵਾ ਹੋਵੇਗੀ 16 ਸਤੰਬਰ ਦਿਨ ਮੰਗਲਵਾਰ ਨੂੰ ਬੇਟੀ ਮਨ ਰੀਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪੂਰੇ ਦਿਨ ਲਈ ਦੇਗਦੀ ਸੇਵਾ ਹੋਵੇਗੀ 18 ਸਤੰਬਰ ਦਿਨ ਬੁੱਧਵਾਰ ਨੂੰ ਧੰਨ ਧੰਨ ਸਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਹੈ 18 ਸਤੰਬਰ ਦੇ ਅਨਵਦਵਾਰ ਨੂੰ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਦੇ 440 ਸਾਲਾ ਜੋਤੀ ਜੋਤ ਦਿਵਸ ਨੂੰ ਸਮਰਪਿਤ ਬੀਬੀਆਂ ਦੀ ਸੰਗਤ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਦਪਹਿਰ 2 ਵਜੇ ਆਰੰਭ ਹੋਣਗੇ ਅਤੇ ਬੀਬੀਆਂ ਦੀ ਸੰਗਤ ਵੱਲੋਂ ਗੁਰੂ ਕੇ ਲੰਗਰ ਦੀ ਸੇਵਾ ਹੋਵੇਗੀ। 18 ਸਤੰਬਰ ਦੇ ਅਨਵਦਵਾਰ ਨੂੰ ਗੁਪਤ ਪਰਿਵਾਰ ਵੱਲੋਂ ਪੂਰੇ ਦਿਨ ਲਈ ਦੀਖ ਦੀ ਸੇਵਾ ਹੋਵੇਗੀ। 18 ਸਤੰਬਰ ਦੇ ਅਨਵਦਵਾਰ ਨੂੰ ਗੁਪਤ ਪਰਿਵਾਰ ਵੱਲੋਂ ਆਪ ਕੀਤੇ ਸ੍ਰੀ ਸਹਿਜ ਪਾਠ ਦੇ ਭੋਗ ਸਵੇਰੇ 7:30 ਵਜੇ ਪਾਏ ਜਾਣਗੇ। 21 ਸਤੰਬਰ ਦਿਨ ਸ਼ਨੀਵਾਰ ਨੂੰ ਭਾਈ ਮੂਲਾ ਸਿੰਘ ਪਰਿਵਾਰ ਵੱਲੋਂ ਬੱਚੀ ਸੁਖਪ੍ਰੀਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸ਼੍ਰੀ ਸੁਖਣੀ ਸਾਹਿਬ ਦੇ ਜਾਪ ਦੁਪਹਿਰ 2 ਵਜੇ ਆਰੰਭ ਹੋਣਗੇ 22 ਸਤੰਬਰ ਦਿਨ ਐਤਵਾਰ ਨੂੰ ਸਿਉ ਸਹਾਵਾਨ ਦੀ ਸੰਗਤ ਵੱਲੋਂ ਸ੍ਰੀ ਸਹਿਜ ਪਾਠ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 29 ਸਤੰਬਰ ਨੂੰ ਸਵੇਰੇ 8 ਵਜੇ ਪਾਏ ਜਾਣਗੇ। ਸਾਧ ਸੰਗਤ ਜੀ ਗੁਰਦੁਆਰਾ ਖਾਲਸਾ ਦਵਾਨ ਦੀ ਰਹਿਣਮਈ ਹੇਟ ਸਿੱਕੀ ਵਿਰਸਾ ਟੀਮ ਵੱਲੋਂ ਜਪਜੀ ਸਾਹਿਬ ਕੰਠ ਮੁਕਾਬਲਾ 22 ਸਤੰਬਰ ਦਿਨ ਐਤਵਾਰ ਨੂੰ ਸਮਾਂ 10 ਤੋਂ 12 ਵਜੇ ਤੱਕ ਹੈ ਜਿਸ ਵਿੱਚ ਬੱਚਿਆਂ ਨੂੰ ਮੂਲ ਮੰਤਰ ਜਪਜੀ ਸਾਹਿਬ ਬਾਣੀ ਸਰਵਣ ਕਰਵਾਈ ਜਾਵੇਗੀ ਅਤੇ ਉਹਨਾਂ ਤੋਂ ਸੁਣੀ ਜਾਵੇਗੀ। ਸੋ ਸਾਧ ਸੰਗਤ ਜੀ ਵੈਸੇ ਪੋਸਟਰ ਵੀ ਚੱਲ ਰਿਹਾ ਹੈ। ਸੋ ਉਸ ਦਿਨ ਬੱਚਿਆਂ ਨੂੰ ਤੁਸੀਂ ਗੁਰੂ ਘਰ ਵਿਖੇ ਜਰੂਰ ਲੈ ਕੇ ਆਓ। ਉਦੇ ਵਾਸਤੇ ਅਸੀਂ ਉਸ ਟਾਈਮ ਤੇ ਮੌਕੇ ਤੇ ਜੋ ਨਕਦ ਨਾਮ ਹੈ ਉਹ ਵੀ ਬੱਚਿਆਂ ਨੂੰ ਦੇਵਾਂਗੇ ਸੋ ਜੇ ਬੱਚਿਆਂ ਦਾ ਜੋ ਇਹ ਕੰਠ ਮੁਕਾਬਲਾ ਹੈ ਇਹ ਜੋ ਪੁਰਾਣਾ ਆਪਣਾ ਦਰਬਾਰ ਹੈ ਉਹਦੇ ਵਿੱਚ ਹੋਵੇਗਾ ਸੋ ਵੱਧ ਤੋਂ ਵੱਧ ਬੱਚਿਆਂ ਨੂੰ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ ਸੋ ਸਾਧ ਸੰਗ ਜੀ ਆਪ ਜੀ ਨੂੰ ਦੱਸਣਾ ਚਾਹੁੰਦੇ ਆ ਕਿ ਖਾਲਸਾ ਦਵਾਨ ਸਿੱਖ ਟੈਂਪਲ ਵੱਲੋਂ ਬੈਡੋ ਗਲੋਬਲ ਸੰਸਥਾ ਵੱਲੋਂ ਮੈਥੇਮੈਟਿਕਸ ਦੀਆਂ ਕਲਾਸਾਂ 1 ਸਤੰਬਰ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਜੋ ਕਿ ਮੰਗਲਵਾਰ ਤੇ ਵੀਰਵਾਰ ਨੂੰ 5:30 ਤੋਂ 7:30 ਵਜੇ ਤੱਕ ਇਹ ਲੱਗਦੀਆਂ ਹਨ ਇਹ ਇੰਨਾ ਕਲਾਸਾਂ ਵਿੱਚ ਫੋਰਮ 5 ਅਤੇ ਫੋਰਮ 6 ਦੇ ਵਿਦਿਆਰਥੀ ਭਾਗ ਲੈ ਸਕਦੇ ਹਨ ਇਹਨਾਂ ਕਲਾਸਾਂ ਦੀ ਕੋਈ ਵੀ ਫੀਸ ਨਹੀਂ ਹੈ ਸੋ ਸਮੁੱਚੀ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਇਹਨਾਂ ਕਲਾਸਾਂ ਵਿੱਚ ਭੇਜੋ ਜੋ ਉਹ ਵੱਧ ਤੋਂ ਵੱਧ ਇਹਨਾਂ ਕਲਾਸਾਂ ਦਾ ਫਾਇਦਾ ਲੈ ਸਕਣ ਕਲਾਸਾਂ ਵਿੱਚ ਭਾਗ ਲੈਣ ਲਈ ਕਿਰਪਾ ਕਰਕੇ ਆਨਲਾਈਨ ਰਜਿਸਟ੍ਰੇਸ਼ਨ ਤੁਸੀਂ ਕਰਵਾ ਸਕਦੇ ਹੋ ਸੋ ਇਹ ਸਨ ਆਉਣ ਵਾਲੇ ਹਫ਼ਤੇ ਦੇ ਪ੍ਰੋਗਰਾਮ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੀ ਜੀ ਬੇਨਤੀ ਹੈ ਵੀ ਜਿਹੜਾ ਖਾਲਸਾ ਦੀਵਾਨ ਦਾ ਕਿੰਡਰ ਘਾਟਣਾ ਅਗਰ ਕੋਈ ਫੈਮਿਲੀ ਕੋਈ ਪਰਿਵਾਰ ਇਸ ਟਾਈਮ ਤੇ ਜਿਹੜਾ ਸਕੂਲ ਆ ਜੇ ਫਿਲਹਾਲ ਉਸ ਹੀ ਪੁਰਾਣੀ ਜਗ੍ਹਾ ਤੇ ਚੱਲ ਰਿਹਾ ਹੈਗਾ ਆ ਥੀਨ ਹਾਉ ਤੇ ਅਗਰ ਕੋਈ ਸਕੂਲ ਵਿੱਚ ਬੱਚੇ ਨੂੰ ਲੈ ਕੇ ਆਉਣਾ ਚਾਹੁੰਦਾ ਜਾਂ ਲਾਉਣਾ ਚਾਹੁੰਦਾ ਤਾਂ ਗੱਲ ਚੱਲ ਰਹੀ ਹੈ ਵੀ ਸਿਟੀ ਬੱਸ ਤੋਂ ਜਾਂ ਦੂਜੀ ਜਿਹੜੀ ਬੱਸਾਂ ਉਹਨਾਂ ਤੋਂ ਫ੍ਰੀ ਪਾਸ ਲੈ ਕੇ ਦਿੱਤਾ ਜਾਊਗਾ ਬੱਚੇ ਦੇ ਪੇਰੈਂਟਸ ਨੂੰ ਜਿਹੜਾ ਰੋਜ਼ਾਨਾ ਬੱਚੇ ਨੂੰ ਸਕੂਲ ਲੈ ਕੇ ਆਊਗਾ ਤੇ ਬਾਅਦ ਵਿੱਚ ਛੱਡ ਕੇ ਮਲਕੇ ਘਰੇ ਲੈ ਕੇ ਜਾਣਗੇ ਜਾਂ ਲੈ ਕੇ ਆਉਣਗੇ ਸੋ ਉਹ ਬੱਚੇ ਦਾ ਜਾਂ ਉਹ ਬੀਬੀ ਦਾ ਜੋ ਘਰ ਦਾ ਉਹਨਾਂ ਦਾ ਮਲਕੇ ਵੀ ਪਰਿਵਾਰਕ ਮੈਂਬਰ ਹੋਊਗਾ ਉਹ ਜਿਹੜਾ ਫ੍ਰੀ ਪਾਸ ਹੋਊਗਾ ਹਾਂਗਕਾਂਗ ਦੀ ਬੱਸ ਕੰਪਨੀ ਬੰਨੀ ਹੋ ਇਹ ਆਪਾਂ ਨੂੰ ਇੱਕ ਬਸ ਕੰਪਨੀ ਨੇ ਸਪੈਸ਼ਲ ਆਪਣੀ ਜਿਵੇਂ ਕਹਿੰਦੇ ਹੁੰਦੇ ਆ ਵੀ ਪ੍ਰਾਇੋਰਟੀ ਦਿੱਤੀ ਆ ਖਾਲਸਾ ਕਰਕੇ ਖਾਲਸਾ ਦਿਵਾਨ ਨੂੰ ਅਗਰ ਕੋਈ ਇੰਟਰਸਟਡ ਹੋ ਆਪਣਾ ਬੀਬੀ ਕੋਈ ਵੀ ਸਿੰਘ ਉਹਨਾਂ ਦਾ ਬੱਚਾ ਉੱਥੇ ਲਾਉਣਾ ਚਾਹੁੰਦੇ ਹੋ ਤਾਂ ਉਹ ਸਾਡੇ ਨਾਲ ਅਪਰੋਚ ਕਰ ਸਕਦੇ ਆ ਇਸ ਵਿਸ਼ੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ